ਅਸਿਕਲ ਦੋਸਤੋ ਮੈਂ ਡਿਸਟ੍ਰਿਕਟ ਨੋਡਲ ਅਫੀਸਰ ਮਹਾਤਮਾ ਗਾਂਧੀ ਨਰੇਕਾ ਮਾਂਸਾ ਅੱਜ ਤੁਹਾਡੇ ਨਾਲ ਇੱਕ ਨਵੀਂ ਮੁਹਿੰਮ ਜਿਹੜੀ ਅਸੀਂ ਸ਼ੁਰੂ ਕਰਨ ਲੱਗੇ ਹਾਂਗੇ ਮਾਂ ਜੋਗ ਵਿਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਟੀ ਬੈਨਿਤ ਆਈਏਐਸ ਵੱਲੋਂ ਜਿਹੜੇ ਹਦਾਇਤਾਂ ਜਾਰੀ ਹੋਈਆਂ ਨੇ ਕਿ ਜਿਹੜੇ ਆਮ ਲੋਕ ਸਾਡੇ ਜਿਹੜੇ ਬਲਾਕ ਦਫ਼ਤਰਾਂ ਦਾ ਜ਼ਿਲ੍ਹਾ ਪੱਧਰ ਤੇ ਜਿਹੜੇ ਆਪਣੇ ਕੰਮਾਂ ਸੰਬੰਧੀ ਸ਼ਿਕਾਇਤਾਂ ਸੰਬੰਧੀ ਆ ਰਹੇ ਨੇ ਸੋ ਉਹਨਾਂ ਨੂੰ ਸੁਚੱਜੇ ਢੰਗ ਨਾਲ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਲਈ ਜਾਂ ਉਹਨਾਂ ਦੇ ਮਸਲਿਆਂ ਦੀ ਹੱਲ ਲਈ ਅਸੀਂ ਜਿਹੜਾ ਹੈਗੇ ਇੱਕ ਲੋਕ ਸੰਵਾਈ ਹਰ ਵੀਰਵਾਰ ਨੂੰ ਜਿਹੜੀ ਹੈਗੇ ਜ਼ਿਲ੍ਹਾ ਪੱਧਰ ਤੇ ਤੇ ਬਲਾਕ ਪੱਧਰ ਤੇ ਕੀਤੀ ਜਾਵੇਗੀ ਜਿਸ ਵਿੱਚ 10 ਵਜੇ ਤੋਂ ਲੈ ਕੇ 1 ਵਜੇ ਤੱਕ ਹੈਗੀ ਹੈ ਜਿਹੜੀ ਸੰਬੰਧਿਤ ਸਾਡੇ ਸ਼ਿਕਾਇਤਕਰਤਾ ਹੈਗੇ ਆ ਜਾਂ ਕੋਈ ਆਪਣੇ ਸੁਝਾਅ ਸਕੀਮ ਸੰਬੰਧੀ ਚਾਹੇ ਉਹ ਮਹਾਤਮਾ ਗਾਂਧੀ ਨਰੇਗਾ ਹੋਗੀ ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਗੀ ਸੋ ਇਸ ਸੰਬੰਧੀ ਜਿਹੜੀ ਆਪਣੇ ਸੁਝਾਅ ਜਾਂ ਸ਼ਿਕਾਇਤਾਂ ਆਪਣੇ ਦੇ ਸਕਦੇ ਨੇ ਔਰ ਇਹ ਹਰ ਵੀਰਵਾਰ ਜਿਹੜਾ ਹੈਗਾ ਸਬੰਧਤ ਬਲਾਕ ਦਫ਼ਤਰ ਤੇ ਜ਼ਿਲ੍ਹਾ ਪੱਧਰ ਵਿੱਚ ਜਿਹੜੀ ਹੈਗੀ ਹੈ ਲੋਕ ਸੁਣਵਾਈ ਲਵਾਈ ਲਗਵਾਈ ਜਾ ਬਈ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਮਰਜ਼ਮੈਨ ਨੇਗੇ ਉਹ ਵੀ ਜਿਹੜਾ ਹੈਗਾ ਲੋਕਪਾਲ ਆਪਾਂ ਕਹਿ ਲਈਏ ਆਮ ਸ਼ਬਦਾਂ ਵਿੱਚ ਜਿਹੜੇ ਉਹ ਵੀ ਨਿਯੁਕਤ ਕੀਤੇ ਹੋਏ ਨੇ ਕਿ ਜ਼ਿਲ੍ਹਾ ਮਾਨ ਸਰ ਨਾਲ ਕੋਲੇ ਜਿਹੜਾ ਹੈਗਾ ਐਡੀਸ਼ਨਲ ਤੌਰ ਤੇ ਹੈਗਾ ਸੋ ਉਹਨਾਂ ਸਬੰਧੀ ਜਿਹੜਾ ਹੈਗਾ ਉਹਨਾਂ ਨੂੰ ਕੋਈ ਆਪਣੀ ਜਿਹੜੀ ਹੈ ਕਿਸੇ ਵੀ ਸਕੀਮ ਸੰਬੰਧੀ ਕੋਈ ਸ਼ਿਕਾਇਤ ਦੇਣਾ ਚਾਹੁੰਦਾ ਉਹਨਾਂ ਨੂੰ ਜਾਂ ਉਹ ਕੋਈ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਵੀ ਜਿਹੜਾ ਹੈਗਾ ਉਸ ਵੀਰਵਾਰ ਵਾਲੇ ਦਿਨ ਲਈ ਜਾਣਗੇ ਔਰ ਉਹ ਜਿਹੜੇ ਉਹਨਾਂ ਨੂੰ ਸੌਂਪ ਦਿੱਤੇ ਜਾਣਗੇ ਸੋ ਮੈਂ ਬੇਨਤੀ ਕਰਦਾ ਹੈ ਸਾਡੇ ਜਿਹੜੇ ਸਰਪੰਚ ਸਹਿਬਾਨ ਨੇ ਪੰਚਾਇਤ ਦੇ ਹੋਰ ਪਤਵੰਤੇ ਨੇ ਸਾਡੇ ਸਟਾਫ ਹੈ ਕੇ ਵੱਤ ਤੋਂ ਵੱਤ ਦੇ ਡਾਢੇ ਲੋਕਾਂ ਨੇ ਇਸ ਬਾਰੇ ਦੱਸਿਆ ਜਾਵੇ ਔਰ ਹਰ ਵੀਰ ਵਾਰ ਨੂੰ ਜਿਹੜਾ ਹੈਗਾ ਕੋਈ ਵੀ ਆਪਣੇ ਕੰਮ ਸੰਬੰਧੀ ਕੋਈ ਸ਼ਿਕਾਇਤ ਹੈ ਕੁਝ ਦੱਸਣਾ ਚਾਹੁੰਦੇ ਕੁਝ ਪੁੱਛਣਾ ਚਾਹੁੰਦੇ ਸਕੀਮਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ 10 ਵਜੇ ਤੋਂ ਲੈ ਕੇ 1 ਵਜੇ ਤੱਕ ਸਬੰਧਤ ਬਲਾਕ ਦਫ਼ਤਰ ਅਤੇ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਆ ਕੇ ਜਿਹੜਾ ਹੈਗਾ ਆਪਣਾ ਉਹ ਜਮ੍ਹਾਂ ਕਰਵਾ ਸਕਦੇ ਨੇ